ਗੱਲੂਘਾਰੇ ਦੀ ਤਿਆਰੀ ਦੇ ਸਿਕਿਉਰਿਟੀ ਪ੍ਰੋਗਰਾਮ ਜਾਰੀ ਕਰ ਦਿੱਤੇ ਗਏ ਨੇ। ਸ਼ਹਿਰ ਦੇ ਵੱਖ ਵੱਖ ਥਾਵਾਂ ਦੇ ਵਿੱਚ ਨਾਕੇ ਲਗਾਏ ਗਏ ਨੇ। ਸ਼ਹਿਰ ਤੋਂ ਇਲਾਵਾ ਇੰਟਰ ਸਟੇਟ ਅਤੇ ਇੰਟਰ ਬਾਰਡਰ ਨਾਕੇ ਵੀ ਲਗਾਏ ਗਏ ਨੇ, ਜਿਹੜੇ ਕਿ 24 ਘੰਟੇ ਚੱਲ ਰਹੇ ਨੇ। ਨਾਕੇ ਦੀ ਸੁਪਰਵਿਜ਼ਨ ਜਿਹੜੀ ਹੈਗੀ ਗੈਸਟਡ ਅਫਸਰ ਕਰ ਰਹੇ ਨੇ। ਨਾਕੇ 'ਤੇ SHOs ਅਤੇ ਬਾਕੀ ਥਾਣੇ ਦੀ ਫੋਰਸ ਵੀ ਹਾਜ਼ਰ ਕੀਤੀ ਗਈ ਹੈ। ਇਸ ਤੋਂ ਇਲਾਵਾ ਲਾਈਨ ਦੇ ਵਿੱਚ ਜਿਹੜੇ ਇੰਸਪੈਕਟਰ ਸਬ ਇੰਸਪੈਕਟਰ ਹੈਗੇ, ਉਹ ਵੀ ਅਲਾਊਨ ਆਊਟ ਡਿਊਟੀਜ਼ ਦੇ ਵਿੱਚ ਡਿਪਲੋਏ ਕੀਤੇ ਗਏ ਨੇ। ਇਸ ਤੋਂ ਇਲਾਵਾ ITBP ਦੀ ਇੱਕ ਕੰਪਨੀ ਸਾਡੇ ਕੋਲ ਬਾਹਰੋਂ ਆਈ ਹੈ, ਜੋ ਕਿ ਅਸੀਂ ਰਿਲੀਜੀਅਸ ਪਲੇਸਿਸ ਦੀ ਸੁਰੱਖਿਆ ਲਈ ਡਿਪਲੋਏ ਕੀਤੀ ਹੈ। ਇਸ ਤੋਂ ਇਲਾਵਾ ਤਕਰੀਬਨ 150 ਬੰਦਾ ਸਾਨੂੰ ਬਾਹਰੋਂ ਮਿਲਿਆ, ਜਿਹਦੇ ਵਿੱਚ ਕਮਾਂਡੋ ਦਾ ARP ਦਾ ਬੰਦਾ ਸ਼ਾਮਿਲ ਹੈ, ਜੋ ਵੀ ਇਸ ਪ੍ਰੋਗਰਾਮ ਦੇ ਵਿੱਚ 1500 ਮੁਲਾਜ਼ਮ ਸਾਡੀ ਲੋਕਲ ਪੁਲਿਸ ਦਾ। ਉਸ ਤੋਂ ਇਲਾਵਾ ਇਹ ਫੋਰਸ ਐਡੀਸ਼ਨਲ ਡਿਪਲੋਏ ਕੀਤੀ ਗਈ ਹੈ। ਇਸ ਤੋਂ ਇਲਾਵਾ ਨਵਾਂ ਉਪਰਾਲਾ ਅਸੀਂ ਇਹ ਕਰ ਰਹੇ ਹਾਂ ਐਤਕੀ ਕਿ ਜਿਹੜੀ PCR ਵਹੀਕਲਸ ਹੈਗੀ, ਉਹਨਾਂ 'ਤੇ ਅਸੀਂ ਕੈਮਰੇ ਫਿੱਟ ਕਰਾ ਰਹੇ ਹਾਂ। ਇੱਕ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ, ਇੱਕ PCR ਟਵੇਰਾ ਵਹੀਕਲ ਜਿਹੜੀ ਕਿ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਖੜ੍ਹੀ ਹੁੰਦੀ ਹੈ, ਉਹ 'ਤੇ ਪਾਇਲਟ ਅਸੀਂ ਸ਼ੁਰੂ ਕੀਤਾ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਬਾਕੀ ਵੀ ਇੰਪਲੀਮੈਂਟ ਕਰਾ ਦਈਏ। ਇਸ ਤੋਂ ਇਲਾਵਾ ਲੋਅ ਐਂਡ ਆਰਡਰ ਦੇ ਵਿੱਚ ਜਿਹੜੇ ਲਾਈਵ ਕੈਮਰਾ ਫੁਟੇਜ ਦੀ ਲੋਡ ਹੁੰਦੀ ਹੈ, ਉਹਦੇ ਲਈ ਅਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ। ਉਸ ਇਨੀਸ਼ੀਏਟਿਵ ਦੇ ਵਿੱਚ ਇੱਕ ਪੋਰਟੇਬਲ ਕੈਮਰਾ ਅਸੀਂ ਬਣਾਏ ਹਾਂ, ਜੋ ਕਿ ਕਾਲੀ ਮਾਤਾ ਮੰਦਿਰ ਦੇ ਵਿੱਚ ਅਸੀਂ ਉਹਦੀ ਪਾਇਲਟ ਟ੍ਰਾਇਲ ਕਰਕੇ ਦੇਖ ਰਹੇ ਹਾਂ। ਸਰ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪੁਲਿਸ ਵੱਲੋਂ ਹਿੰਦੂ ਸੰਗਠਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਇਸ ਸੰਬੰਧ ਨੂੰ ਲੈ ਕੇ, ਪਟਿਆਲੇ ਵਿੱਚ ਵੀ ਹੈ ਕੁਛ ਇਸ ਤਰ੍ਹਾਂ ਦਾ ਜੀ? ਜਿਹੋ ਜਿਹੇ ਹਾਲਾਤ ਹੋਏਗੇ, ਜੇ ਜੋ ਕੰਡੀਸ਼ਨ ਹੋਏਗੀ ਉਸ ਹਿਸਾਬ ਨਾਲ ਕਾਨੂੰਨੀ ਕਾਰਵਾਈ ਅਮਲ ਵਿੱਚ ਲਾਈ ਜਾਏਗੀ। ਪਰ ਹਿੰਦੂ ਜਥੇਬੰਦੀਆਂ ਵਿਦਰਾਹ ਕਰ ਗਈਆਂ ਕਿ ਅਸੀਂ ਕੋਈ ਉਹ ਰੋਸ ਮੁਜ਼ਾਹਰਾ ਨਹੀਂ ਕਰਾਂਗੇ, ਪੁਲਿਸ ਜਿਹੜੀ ਹੈਗੀ ਹਰ ਇੱਕ ਜਥੇਬੰਦੀ ਨਾਲ ਗੱਲਬਾਤ ਕਰ ਰਹੀ ਹੈ, ਪ੍ਰਸ਼ਾਸਨ ਸਾਰੇ ਗੱਲਬਾਤ ਕਰ ਰਿਹਾ। ਜਿਹੋ ਜਿਹੀ ਸੂਰਤ ਹਾਲ ਹੋਏਗਾ, ਉਹ ਜੀ ਕਾਰਵਾਈ ਕੀਤੀ ਜਾਏਗੀ। ਠੀਕ ਹੈ ਸਰ, ਜਿਹੜੀ ਕਾਰਵਾਈ ਜਿੱਦਾਂ ਦੀ ਸੂਰਤ ਹਾਲ ਹੋਏਗੀ।